ਵੈਲਕਮ ਸਾਰਿਆਂ ਦਾ ਅੱਜ ਫੇਰ ਅੱਜ ਉਹ ਦਿਨ ਆ ਗਿਆ ਆ ਜਦੋਂ ਰੇਂਜ ਰੋਵਰ ਨੂੰ ਨੰਬਰ ਪਲੇਟਾਂ ਲੱਗਣੀਆਂ ਆ ਅੰਮ੍ਰਿਤਸਰ ਚੱਲਿਆ ਆ ਮੈਂ ਅਤੇ ਅੱਜ ਇਹਨੂੰ ਨਾ ਸਰਕਾਰੀ ਨੰਬਰ ਪਲੇਟਾਂ ਲੱਗਣੀਆਂ ਆ ਜਿਨ੍ਹਾਂ ਦੀ ਗੱਡੀ ਆ ਡਾਕਟਰ ਸਾਹਿਬ ਦੀ ਗੱਡੀ ਆ ਅੱਜ ਸਾਰਾ ਕੁਛ ਦਿਖਾਵਾਂਗੇ ਉੱਥੇ ਹੋਸਪਿਟਲ ਦਿਖਾਊਂਗਾ ਬੰਦੇ ਮਿਲਾਊਂਗਾ ਜਿਨ੍ਹਾਂ ਕੋਲ ਗੱਡੀ ਲਿਆ ਸੀਗਾ ਮੈਂ ਅਤੇ ਉਹਨਾਂ ਨੇ ਨਾ ਸਰਕਾਰੀ ਨੰਬਰ ਪਲੇਟਾਂ ਅਪਲਾਈ ਨਹੀਂ ਸੀ ਕੀਤੀਆਂ ਹੁਣ ਕੀਤੀਆਂ ਆ ਤਾਂ ਕਰਕੇ ਲੱਗਣੀਆਂ ਆ ਪਰ ਉਹ ਤੋਂ ਪਹਿਲਾਂ ਜਨਾਬ ਜੀ ਹੁਣਾਂ ਦੇ ਨਾਲ ਮੈਂ ਚੱਲਿਆ ਹਾਂ ਇੱਕ ਡੋਗੀ ਜਿਹੜਾ ਨਾ ਆਪਣਾ ਭੂਟੋ ਉਹਦਾ ਨਾਂ ਰੱਖਿਆ ਛੋਟੀ ਆ ਸਭ ਤੋਂ ਪਹਿਲਾਂ ਭੂਟੋ ਰੱਖਿਆ ਉਹਦੀਆਂ ਵਿਚਾਰੀ ਦੀਆਂ ਨਾ ਪਸਲੀਆਂ ਕਿਸੇ ਕੁੱਤੇ ਨੇ ਆ ਕੇ ਉਹਨੂੰ ਘੁੱਟ ਦਿੱਤਾ ਉਹਦੀਆਂ ਪਸਲੀਆਂ ਨੂੰ ਕੁਛ ਹੋਇਆ ਵਾ ਉਦਨ ਇੰਜੈਕਸ਼ਨ ਲਵਾਇਆ ਸੀਗਾ ਉਦਨ ਠੀਕ ਸੀ ਹੁਣ ਫਿਰ ਉਹ ਇਹ ਨਾ ਆਹ ਜਿਹੜੀ ਆ ਬਰਾਊਨ ਜਿਹਾ ਕਲਰ ਦੀ ਆਹ ਜਿਹੜੀ ਹੁਣ ਫਿਰ ਔਖੇ ਔਖੇ ਸਾਹ ਲੈਂਦੀ ਆ ਅਤੇ ਪਹਿਲਾਂ ਇਹਦਾ ਟ੍ਰੀਟਮੈਂਟ ਕਰਾ ਕੇ ਲਿਆਉਂਦੇ ਇਹਦੇ ਇੰਜੈਕਸ਼ਨ ਇੰਜੁਕਸ਼ਨ ਉਸ ਤੋਂ ਬਾਅਦ ਮੈਂ ਜਾਂਦਾ ਫਿਰ ਅੰਮ੍ਰਿਤਸਰ ਨੂੰ ਉੱਦਾਂ ਸਵੇਰੇ ਟਾਈਮ ਹੈਗਾ ਸੀਗਾ 11 ਵਜੇ ਦਾ ਪਰ ਸਰਕਾਰੀ ਕੰਮ ਤੁਹਾਨੂੰ ਪਤਾ ਹੀ ਆ ਹੈ ਨਾ ਫਿਰ ਉੱਥੇ ਮੈਂ ਫੋਨ ਕੀਤਾ ਡਾਕਟਰ ਸਾਹਿਬ ਦਾ ਸੀ ਏ ਹੁੰਦਾ ਕੀ ਹੁੰਦਾ ਮੈਨੇਜਰ ਹੁੰਦਾ ਕੀ ਹੁੰਦਾ ਡਾਕਟਰ ਦਾ ਜਿਹੜਾ ਸਾਰਾ ਕੁਛ ਅਰੇਂਜ ਅਸਿਸਟੈਂਟ ਪੁੱਛੂੰਗਾ ਮੈਂ ਅੱਜ ਡਾਕਟਰ ਸਾਹਿਬ ਦੇ ਉਹ ਕੀ ਆ ਅਤੇ ਉਹਨਾਂ ਨੇ ਫਿਰ ਗਾਹ ਫੋਨ ਕੀਤਾ ਉਹਨਾਂ ਨੂੰ ਨੰਬਰ ਪਲੇਟਾਂ ਵਾਲੇ ਉਹ ਕਹਿੰਦੇ ਅਸੀਂ 3 ਵਜੇ ਆਵਾਂਗੇ ਹੁਣ ਮੈਂ ਆਹ ਸਾਰਾ ਕੁਛ ਨਿਬੇੜ ਕੇ ਫੇਰ ਜਾਣਾ ਆ 3 ਵਜੇ ਬੰਦਾ ਅੱਜ ਕੋਈ ਨਹੀਂ ਨਾਲ ਇਕੱਲੇ ਨਹੀਂ ਜਾਣਾ ਮੈਂ ਅਤੇ ਜੀਵ ਆਪਣੀ ਮੋਡੀਫਾਈ ਹੋ ਕੇ ਆ ਗਈ ਸੀਗੀ ਥੱਲੇ ਵੀ ਛੱਪੜ ਲੱਗਾ ਹੋਇਆ ਵਾ ਇਹ ਕੀ ਸਿਸਟਮ ਹੋ ਗਿਆ ਓਏ ਹੋਏ 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 ਡੀਜ਼ਲ ਲੱਗਦਾ ਡੀਜ਼ਲ ਪੈਪ ਲੀਕ ਹੋ ਗਿਆ ਇਸ ਟਾਈਮ ਆਪਣੀ ਜੀਪ ਦੇ ਹਾਲਾਤ ਆਹ ਆ ਬੋਡੀ ਦੇ ਵਿੱਚ ਕਿੰਨੇ ਫਾਲਟ ਨਿਕਲੇ ਆ ਉਹਦੀ ਵੀਡੀਓ ਮੈਂ ਬਣਾ ਲੈਣੀ ਆ ਜੇ ਆਪਣੇ ਬੰਦੇ ਕਹੂਗੇ ਕੀ ਫਾਲਟ ਸੀ ਫਿਰ ਮੈਂ ਉਹਨਾਂ ਨੂੰ ਦਿਖਾ ਦੂੰਗਾ ਵੀ ਆਹ ਫਾਲਟ ਸੀ ਮੋਗੀ ਵਾਲਿਆਂ ਨੇ ਫਿਰ ਇੱਕ ਅੱਖ ਨੱਪ ਕੇ ਐਂ ਕਰਕੇ ਦੇਖਣਾ ਹੁੰਦਾ ਬੋਡੀ ਸਿੱਧੀ ਫਿੱਟ ਕੀਤੀ ਕਿ ਨਹੀਂ ਮੈਂ ਪਹਿਲਾਂ ਵੀ ਜੀਪਾਂ ਕਰ ਤਿਆਰ ਕਰਾਈਆਂ ਤਾਂ ਲਿੰਦੇ ਫੇਰ ਜਾਂਦੇ ਹਾਂ ਢਿੱਡੀ ਫੁੱਲ ਹੋ ਜਾਵੇ ਵਿਚਾਰੀ ਨੇ ਕੱਲ੍ਹ ਦਾ ਖਾਧਾ ਪੂਟਾ ਚੱਲ ਗਏ ਉਹਦਾ ਢਿੱਡ ਕਿੱਦਾਂ ਦਾ ਹੋਇਆ ਨਾ ਜਿੰਨਾ ਚਿਰ ਇੰਜੈਕਸ਼ਨ ਲੱਗਾ ਇਹਦੇ ਅਸਰ ਉਸਰ ਰਿਹਾ ਉਹਨਾਂ ਚਿਰ ਸਹੀ ਰਹੀ ਆ ਕੱਲ੍ਹ ਪੂਟੋ ਅੱਜ ਤੂੰ ਕੱਲ੍ਹ ਹੀ ਜਲਦੀ ਹੈ ਪੂਟੋ ਪੂਟੋ ਹੈ ਪੂਟੋ ਲੈ ਐ ਦੇਖਦੀ ਜਾਂਦੀ ਹੈ ਜਦੋਂ ਦਾ ਨੇਰੀ ਆਇਆ ਹੈ ਨਾ ਉਹ ਤੋਂ ਬਾਅਦ ਫਿਰ ਆਪਾਂ ਕੁੱਤਿਆਂ ਨਾਲ ਪਹਿਲਾਂ ਮੈਂ ਕੁੱਤੇ ਰੱਖਦਾ ਹੁੰਦਾ ਸੀਗਾ ਫਿਰ ਮੈਂ ਰੱਖਣੇ ਛੱਡ ਹੀ ਦਿੱਤੇ ਸੀਗੇ ਉਹ ਆਪੇ ਆ ਗਿਆ ਫਿਰ ਕੁੱਤਿਆਂ ਨਾਲ ਹੋ ਗਿਆ ਬੜਾ ਹੁਣ ਇਹ ਕਿੰਨੇ ਦਿਨਾਂ ਦੇ ਆ ਹੁਣ ਇਹਨਾਂ ਨੂੰ ਛੱਡਣ ਨੂੰ ਦਿਲ ਹੀ ਨਹੀਂ ਕਰਦਾ ਜਦੋਂ ਮੈਂ ਗਵਾਂ ਛੱਡ ਆਈ ਜਨਾਬ ਜੀ ਆਹ ਪਿੱਗੜੋ ਜੀ ਜ਼ਿਆਦਾ ਹੀ ਵਧੀਆ ਲੱਗਦੀ ਆ ਹੁਣ ਹੈ ਨਾ ਦੋ ਤਿੰਨ ਵਾਰੀ ਤਾਂ ਬਚਾ ਲਿਆ ਇਹ ਜਦੋਂ ਇਹਨੂੰ ਕੁਛ ਹੋ ਜਾਵੇ ਨਾ ਫਿਰ ਮੂੰਹ ਇੱਦਾਂ ਕਰ ਲੈਂਦੀ ਹੈ ਨਾ ਅੱਖਾਂ 'ਚੋਂ ਵੀ ਇਹਦੇ ਅੱਥਰੂ ਆ ਜਾਂਦੇ ਹਾਂ ਹੁਣ ਵੀ ਸਵੇਰੇ ਰੋਣ ਦਈ ਸੀ ਇਹ ਸ਼ੁਕਰ ਆ ਵੀ ਇੱਥੇ ਹੋਸਪਿਟਲ ਕੁੱਤਿਆਂ ਦਾ ਆਪਣੇ ਲੱਗ ਗਈ ਆ 2 ਮਿੰਟ ਦਾ ਰਾਹ ਹੀ ਆ ਬਸ ਪੂਤੋ ਇਹ ਪੂਤੋ ਪਛਾਣ ਲਿਆ ਹੋਣਾ ਨਿਆ ਏਰੀਆ ਫਸਲ ਆ ਜਾਂਦਾ ਇਹਨਾਂ ਨੂੰ ਹੈ ਇਧਰ ਉਦਣ ਇੰਜੈਕਸ਼ਨ ਲਾਇਆ ਤੇ 2-3 ਦਿਨ ਬੜੀ ਵਧੀਆ ਰਹੀ ਹੈ ਤੇ ਕੱਲ ਦੀ ਫੇਰ ਦੁਪਹਿਰਾਂ ਦੀ ਲੇਟ ਨਹੀਂ ਹੁੰਦਾ ਇੱਕ ਤਾਂ ਇੱਦਾਂ ਹੀ ਬਹਿੰਦੀ ਬਸ ਇੱਦਾਂ ਹੀ ਸੁਣਦੀ ਆ ਫਸਲੀਆਂ ਨੂੰ ਹੋਇਆ ਨਾ ਕੁਛ ਨਾ ਕੁਛ ਹਾਂਜੀ ਧੁੱਪੇ ਰਹਿੰਦੀ ਹੈ ਰਹਿੰਦੀ ਹੈ ਧੁੱਪੇ ਵੀ ਬਹਿੰਦੀ ਆ ਛਾਵੇਂ ਵੀ ਬਹਿੰਦੀ ਆ ਚੌਂਕ ਹੈਗਾ ਸਿਵਲ ਹਸਪਤਾਲ ਦਾ ਬੈਕ ਸਾਈਡ ਜਿਹੜਾ ਆਉਂਦਾ ਹੈ ਉੱਥੇ ਗੋਲ ਚੌਂਕ ਹੈਗਾ ਉੱਥੇ ਹੈਗਾ ਸ਼੍ਰੀ ਲੈਬ ਉਹ ਕਰਦੇ ਆ ਡੋਗੀਆਂ ਦਾ ਐਕਸਰੇ ਸ਼੍ਰੀ ਲੈਬ ਠੀਕ ਆ
ਐਕਸਰੇ ਦੇ ਵਿੱਚ ਤੇ ਸਿਰਫ ਰੀੜ ਦੀ ਹੱਡੀ ਦਾ ਪੱਤਾ ਲੱਗੂਗਾ, ਜੇ ਲੰਗਸ ਵਗੈਰਾ ਫਟਿਆ ਫੁੱਟਿਆ ਹੋਵੇ ਜਾਂ ਕੋਈ ਅਬਡੋਮਨ ਸਾਈਡ ਦਾ ਉਹ ਨਹੀਂ ਫੁੱਟੋ। ਗਰਮੀ ਧੁੱਪੇ ਨਹੀਂ ਇਹਨੂੰ ਜਾਣ ਦੇਣਾ ਹੈ, ਅੱਜ ਫਿਰ ਇੰਜੈਕਸ਼ਨ ਲਵਾ ਲਏ ਇਹਦੇ ਦੋ, ਉਹਦੇ ਨਾਲ ਇਹਨੂੰ ਦਰਦ ਹੋਣੋਂ ਹਟ ਜਾਂਦੀ ਹੈ ਹੁਣ ਇਹਦਾ। ਉਹ ਕਹਿੰਦਾ ਐਕਸਰੇ 'ਚ ਵੀ ਨਹੀਂ ਆਉਣਾ, ਇਹਦੀ ਹੋਣੀ ਹੈ ਅਲਟਰਾਸਾਊਂਡ, ਅਲਟਰਾਸਾਊਂਡ ਇੱਥੇ ਕੋਈ ਕਰਦਾ ਨਹੀਂ ਕਹਿੰਦਾ। ਹੁਣ ਮੈਂ ਜਿੱਥੋਂ ਬੰਦਿਆਂ ਦੀ ਹੁੰਦੀ ਨਾ ਉੱਥੇ ਜਾਣਾ ਆ, ਉਹਨਾਂ ਨੂੰ ਕਹਿਣਾ ਥੋੜ੍ਹੇ ਜਿਹੇ ਪੈਸੇ ਵੱਧ ਲੈ ਲਓ ਭਾਵਾਂ, ਅਤੇ ਪਤਾ ਤਾਂ ਲੱਗੇ ਇਹਨੂੰ ਵਿਚਾਰੀ ਦੀਆਂ ਪਸਲੀਆਂ 'ਚ ਹੋਇਆ ਕੀ ਆ। ਆਹੋ ਇੱਥੇ ਸਕੈਨ ਕਰ ਦਿੰਦੇ ਆ, ਸਕੈਨ 'ਚ ਕਹਿੰਦਾ ਆਉਣਾ ਨਹੀਂ। ਚਲੋ ਜੀ ਚੱਲ ਪੁੱਛੋ, ਆ ਜਾ ਆ ਜਾ ਘਰ ਆ ਗਈ। ਹੁਣ ਇਹਨੂੰ ਚੈੱਕ ਕਰੂਗੀ ਸਾਰੇ, ਇਹਨੂੰ ਦੇਖੂਗੀ। ਲੈ ਪੁੱਛੋ, ਇਹਦੀ ਪੀੜ ਹਟ ਗਈ, ਦੇਖਿਆ ਇੰਜੈਕਸ਼ਨ ਲਵਾਇਆ ਇਹਦੀ ਪੀੜ ਹਟ ਗਈ, ਹੁਣ ਫਿਰ ਪੂਛ ਲੈਣ ਲੱਗੀ, ਨਹੀਂ ਤਾਂ ਸੁਸਤੀ ਵਾਂਗੂ ਤੁਰਦੀ ਮਸਾਂ ਸੀਗੇ। ਲੈ ਪੁੱਛੋ, ਉਹ ਥੱਲੇ ਨਾ ਗਈ ਮਾਰਦੀ ਨੀ ਲਿਸ਼ਕਾਂ। ਬਸ ਇੱਥੇ ਹੁਣ ਆਹ ਨੰਬਰ ਪਲੇਟਾਂ ਲੱਥ ਜਾਣੀਆਂ, ਸਰਕਾਰੀ ਨੰਬਰ ਪਲੇਟਾਂ ਲੱਗ ਜਾਣੀਆਂ। ਇਹਦੀ ਸਾਰੀ ਗੱਡੀ ਸਾਫ਼ ਹੋ ਜਾਂਦੀ ਸਾਰੀ। ਆਹ ਜਿਹੜੀ ਜਾਲੀ ਹੈ ਨਾ, ਇੱਥੇ ਕੱਪੜਾ ਮਾਰਨਾ ਬੜਾ ਔਖਾ, ਇਹਦੇ ਵਿੱਚ ਮਿੱਟੀ ਜੀ ਫਸੀ ਰਹਿ ਜਾਂਦੀ ਆ, ਬਾਕੀ ਗੱਡੀ ਸਾਰੀ ਸਾਫ਼ ਹੋ ਜਾਂਦੀ ਆ। ਮਗਰ ਮਗਰ ਕੁੱਤੇ ਸਰੇ ਹੁਣ ਕਿੱਦਾਂ ਵਧਣ ਦਈ ਆ ਟੈਂਕੀ, ਅੱਧ ਤੋਂ ਥੋੜ੍ਹਾ ਜਿਹਾ ਮੇਰੇ ਖਿਆਲ ਅੱਧ ਤੱਕ ਪਹੁੰਚ ਜਾਣਾ। ਜਦੋਂ ਤੇਲ ਪਵਾ ਲਈਦਾ ਨਾ ਟੈਂਕੀ ਇਹਦੀ, ਅੱਧੇ ਤੋਂ ਜ਼ਿਆਦਾ ਕਰਾ ਲਈਦੀ ਆ, ਫਿਰ ਮੈਂ ਦੜਾਉਂਦਾ ਹੁੰਦਾ ਇਹਨੂੰ, ਸਪੀਡ ਪੂਰੀ ਇਹਦੀ ਖਿੱਚੀ ਦੀ ਆ। ਜਦੋਂ ਦੜਾਈਦੀ ਆ ਨਾ ਫਿਰ ਅੱਗੇ ਐਂ ਤਾਂ ਹੋ ਜਾਂਦੀ ਆ। ਮੈਂ ਨਾ ਡਬਈ ਜਦੋਂ ਗਿਆ ਸੀ ਨਾ, ਉੱਥੇ ਜਿਹੜੀਆਂ ਹੈਗੀਆਂ ਉੱਧਰਲੇ ਲੋਕਾਂ ਨੇ ਲਈਆਂ ਹੋਈਆਂ ਨਾ ਜਿਹੜੀਆਂ, ਉਹ ਨਾ ਸ਼ੋਮਾਂ ਨੂੰ ਉਹਦੀ ਰੇਸ ਨੱਪ ਕੇ, ਪਤਾ ਨਹੀਂ ਉਹਨਾਂ ਨੇ ਪਿੱਛੇ ਜੋਸਟ ਲਵਾਏ ਸੀ, ਉਹ ਇੱਦਾਂ ਪਟਾਕੇ ਮਾਰਦੀਆਂ ਸੀ ਨਾ, ਉਹ ਅੱਗਿਓਂ ਖੜੀਆਂ ਹੋ ਜਾਂਦੀਆਂ ਸੀ। ਉੱਦਾਂ ਹੀ ਜਦੋਂ ਇਹਦੇ ਵਿੱਚ ਤੇਲ ਪਾ ਲਈਦਾ ਫਿਰ ਐਂ ਰੇਸ ਨੱਪ ਦੀ, ਫਿਰ ਅੱਗਿਓਂ ਐਂ ਹੋ ਜਾਂਦੀ ਆ ਉਹ, ਇਹ ਨਜ਼ਾਰਾ ਵਾ ਹੁੰਦਾ ਦੜਾਉਣ ਦਾ। ਤਿੰਨ ਵਜੇ ਆਪਣੀ ਅਪੁਆਇੰਟਮੈਂਟ ਵਾ, ਅਤੇ ਡੇਢ ਵਜੇ ਨਾਲ ਆਇਆ, ਤਿੰਨ ਵਜੇ ਮੈਂ ਅੰਮ੍ਰਿਤਸਰ ਪਹੁੰਚਣਾ ਆ, ਹੁਣ ਮੈਂ ਦਿਆਲਪੁਰ ਪਹੁੰਚ ਗਿਆ ਆ। ਆ ਬੜੇ ਅੱਜ ਮਾਝੇ ਕਿੰਨੇ ਟਾਈਮ ਬਾਅਦ, ਕਈ ਵਾਰੀ ਤਾਂ ਗੇੜਾ ਵੱਜਦਾ ਹੀ ਰਹਿੰਦਾ ਤਾਂ ਕਈ ਵਾਰੀ ਕਿੰਨੇ ਟਾਈਮ ਬਾਅਦ ਹੀ ਆਈਦਾ ਆ, ਹੁਣ ਮੈਂ ਕਿੱਥੇ ਟਾਈਮ ਬਾਅਦ ਆਇਆ। ਮੇਰੇ ਖਿਆਲ ਨਾਲ ਜਦੋਂ ਦੀ ਰੇਂਜ ਰੂਵਰ ਲੈ ਕੇ ਗਏ ਹਾਂ, ਅਤੇ ਇੱਕ ਦਿਨ ਸੱਚ ਅੰਮ੍ਰਿਤਸਰ ਹਵੇਲੀ ਆਏ ਸੀ। ਬਸ ਇੱਧਰ ਦੀ ਵੀ ਰਾਹ ਹੈਗਾ, ਇੱਧਰ ਦੀ ਵੀ ਹੈਗਾ, ਸ਼ਹਿਰ ਵੱਲ ਦੀ ਜਾਂਦੇ ਹਾਂ, ਕਿਉਂਕਿ ਆਪਣੇ ਕੋਲ ਟਾਈਮ ਹਜੇ ਹੈਗਾ ਆ, ਆਪਣੇ ਕੋਲ ਅੱਧਾ ਪੌਣਾ ਘੰਟਾ ਪਿਆ ਹਜੇ, ਇਸ ਕਰਕੇ ਸ਼ਹਿਰ ਵੱਲ ਦੀ ਜਾਂਦੇ ਹਾਂ। ਲੈ ਮੈਂ ਪਹੁੰਚ ਗਿਆ ਸੀ ਅੰਮ੍ਰਿਤਸਰ, ਭਾਜੀ ਹੁਣਾਂ ਨੂੰ ਮਿਲ ਲਿਆ, ਚਾਹ ਵੀ ਪੀ ਲਈ ਆ, ਅਤੇ ਡਾਕਟਰ ਸਾਹਿਬ ਨੇ ਆਹ ਗੱਡੀ ਲਈ ਆ, X5 ਆ ਨਾ ਭਾਜੀ, X5 ਵੀ ਆ, BMW X5, ਇਹ ਵੀ ਹਜੇ ਟੈਂਪਰਰੀ ਨੰਬਰ ਆ, ਅਤੇ ਆਹ ਖੜੀ ਆਪਣੇ ਵਾਲੀ, ਇਹਨੂੰ ਨੰਬਰ ਪਲੇਟਾਂ ਲੱਗਣ ਲੱਗੀਆਂ ਆ। ਬਸ ਬੰਦੇ ਪਹੁੰਚ ਗਏ ਆ, ਅਤੇ ਆ ਗਏ ਭਾਜੀ, ਆਹ ਹੀ ਆ, ਲੈ ਪਹੁੰਚ ਗਿਆ, ਆ ਗਿਆ ਬੰਦਾ,
ਆਜਾ ਭਰਾਵਾ ਆਜਾ ਅਸੀਂ ਤੇ ਖੜੇ ਖੜੇ ਧੋਣਾ ਸਾਡੀਆਂ ਟੇਢੀਆਂ ਹੋ ਗਈਆਂ ਇਹਨੂੰ ਪਿਆਰ ਨਾਲ ਲਾਈ ਥੱਲੇ ਉਹ ਲੱਗੀ ਆ ਦੂਜੀ ਡਬਲ ਟੇਪ ਜੀਰੋ ਅਠਾਈ ਆਰਚੀਆਂ ਦੇ ਨਾ ਜਿੰਨਾ ਕਾਰਡ ਕੂਡ ਜਿਹੜੇ ਬਣਦੇ ਸੀ ਨਾ ਜਿਹੜੇ ਚਿਪ ਵਾਲੇ ਖਤਮ ਹੋਏ ਸਰਤਾਂ ਨਹੀਂ ਆਉਣੀਆਂ ਸਟੋਕ ਖਤਮ ਹੋ ਗਿਆ ਇਹ ਮੋਰ ਲਾਉਣ ਵਾਲੇ ਬੰਦੇ ਨਹੀਂ ਲੈਣ ਦੇ ਉੱਥੇ ਕਦੇ ਪਿੱਛੇ ਡਬਲ ਟੇਪ ਲੱਗੀ ਅਸੀਂ ਭਾਅ ਜੀ ਰਾਜਸਥਾਨ ਜਾਣਾ ਸੀ ਲੈ ਕੇ ਹੁਣ ਟੈਨਸ਼ਨ ਫਰੀ ਲੈ ਜਾਵਾਂਗੇ ਨਾ ਆਹ ਹੁਣ ਤਾਂ ਦੂਜੀ ਓਰੀਜਨਲ ਆਰਸੀ ਵੀ ਤੁਹਾਡੇ ਕੋਲ ਹੈਗੀ ਆ ਹੁਣ ਤਾਂ ਕੋਈ ਚੱਕਰ ਨਹੀਂ ਇਹ ਥੱਲੇ ਉਹ ਇੱਧੇ ਰਹੂਗੀ ਹਾਂਜੀ ਹਾਂਜੀ ਇੱਧੇ ਰਹਿਣੀ ਭਾਅ ਜੀ ਕਿਉਂਕਿ ਆਹ ਉੱਪਰ ਫਰੇਮ ਲੱਗਾ ਹੈ ਨਾ ਫਰੇਮ ਲਾਤੀਆਂ ਨਾਲ ਜੇ ਲਾਣਾ ਫਰੇਮ ਵਾਲਾ ਨਹੀਂ ਦੱਸੋ ਕਿ ਕਰਾਂ ਇਹ ਓਰੀਜਨਲ ਲੱਗਾ ਨਾ ਯਾ ਪੇਜਕਸ ਹੈਗਾ ਮਾੜਾ ਜਿਹਾ ਕੱਸ ਦੇ ਨਟ ਹਿਲਦੀ ਜਿਹੜੀ ਮੈਂ ਬਈ ਆਪਣੀ ਰੇਂਜ ਰੋਵਰ ਨੂੰ ਲੱਗ ਗਈਆਂ ਸਰਕਾਰੀ ਨੰਬਰ ਪਲੇਟਾਂ ਨਾਲੇ ਡਾਕਟਰ ਸਾਹਿਬ ਨੂੰ ਵਧਾਈਆਂ ਦੇ ਦਿਓ ਭਾਅ ਜੀ ਗੱਡੀ ਦੀਆਂ ਆਇਆ ਮੇਰੇ ਵੱਲੋਂ ਡਾਕਟਰ ਸਾਹਿਬ ਤਾਂ ਤੁਸੀਂ ਮਿਲਾਇਆ ਨਹੀਂ ਨਾ ਹੀ ਉਹ ਮਿਲੇ ਹੈ ਮੈਂ ਕਿਹਾ ਚਲੋ ਗੱਡੀ ਵੇਖ ਲੈਂਦੇ ਹੈ ਹੀ ਨਹੀਂ ਬਾਹਰ ਜ਼ਿਆਦਾ ਹੀ ਜੰਮੀ ਆ ਨਾ ਡਬਲ ਟੇਪ ਇੱਦਾਂ ਦੀ ਹੁੰਦੀ ਆ ਜੀ ਇਹ ਜੇ ਨਾ ਆਪਾਂ ਮੰਨ ਲਾ ਥੋੜਾ ਜਿਹਾ ਇੱਥੇ ਗੈਪ ਪਵਾਉਣਾ ਹੋਵੇ ਇੱਦਾਂ ਪੈ ਜਾਂਦਾ ਉਹਨਾਂ ਨੇ ਨਹੀਂ ਭਾਜੀ ਨਹੀਂ ਨਹੀਂ ਪਵਾਉਂਦੇ ਇਹ ਉਹ ਟਾਈ ਇੱਦਾਂ ਦੀ ਹੈ ਪੰਚਿੰਗ ਦਾ ਸੈੱਟ ਬਣਿਆ ਹੁੰਦਾ ਨਾ ਅੰਦਰ ਇਹ ਰੇਲ ਗੱਡੀ ਜੀ ਬਣਾ ਦਿੰਦੇ ਭਾਜੀ ਪਤਾ ਬਸ ਲਾਈਨ ਸੇ ਵੀ ਲਾ ਦਿੰਦੇ ਆ ਮਾੜਾ ਮੋਟਾ ਗੈਪ ਰੱਖਣਾ ਚਾਹੀਦਾ ਵਿੱਚ ਗੈਪ ਆ ਜੀ ਉਹਨਾਂ ਚ ਹੁੰਦਾ ਜਿਨ੍ਹਾਂ ਦੇ ਜਿਹੜਾ ਪੀਬੀ 14 ਹੋਵੇ ਜਾਂ ਵਿੱਚ ਇੱਕ ਅੱਖਰ ਹੋਵੇ ਆ ਜਿਹੜਾ ਇੱਕ ਡਿਜਿਟ ਹੋਵੇ ਉਹਨਾਂ ਚ ਗੈਪ ਆ ਜਾਂਦਾ ਅੱਛਾ ਇਹਨਾਂ ਚ ਲੱਗੂਗਾ ਨਾ ਇਹਨਾਂ ਚ ਨਹੀਂ ਲੱਗਣਾ ਭਾਜੀ ਹਾਂਜੀ ਤੇ ਫਿਰ ਸਿੱਕੇ ਥੋੜਾ ਮਾਰਾਂਗੇ ਆਪਾਂ ਛੇ ਇਹ ਭਾਜੀ ਸਟਰੀਟ ਆਈ ਇੱਦਾਂ ਹੀ ਹੋ ਜਾਊਗੀ ਕਿਉਂਕਿ ਇਹਦੇ ਚ ਨਹੀਂ ਨਾ ਹੋਣੀ ਆ ਸੈਂਟਰ ਦੇ ਅੰਦਰ ਜਾ ਜਾਣੀ ਆ ਨਾ ਆਹ ਅਲਫਾਬੈਟ ਦੇ ਅੰਦਰ ਇੱਥੇ ਦੇ ਕਿਉਂਕਿ ਪੂਰਾ ਗੈਪ ਨਹੀਂ ਨਾ ਹੁੰਦਾ ਫਿਰ ਇੱਧਰ ਉੱਧਰ ਹੋ ਜਾਂਦੇ ਨੇ ਤੁਸੀਂ ਛੇਕ ਮਾਰੂਗਾ ਹਾਂਜੀ ਇਹਦੇ ਅੰਦਰ ਨਹੀਂ ਉਹ ਭਰਾਵਾ ਛੇ ਕਿਹੜੇ ਵਿਖਣੇ ਆ ਆਹ ਨਹੀਂ ਵਿਖਣੇ ਤੁਹਾਨੂੰ ਨਹੀਂ ਦਿਸਣੇ ਫਿਰ ਵੀ ਇਹਨੂੰ ਤੂੰ ਉਹ ਦੇਖੋ ਹੈਗੀ ਦੂਜੀ ਕੀ ਕਹਿੰਦੇ ਉਹਨੂੰ ਬਾਅਦ ਚ ਲੱਭ ਜੂ ਫਿਰ ਭਾਜੀ ਆਹ ਇੱਥੇ ਕੰਪਾਉਂਡ ਕੰਪਾਉਂਡ ਵੱਜ ਗਈ ਰੋਕੀ ਹੋ ਜਾਣੀ ਲੈ ਵੀ ਹੋ ਗਿਆ ਕੰਮ ਕੰਪਲੀਟ ਅਤੇ ਭਾਜੀ ਮੈਨੂੰ ਛੱਡਿਓ ਜਾ ਜਾ ਤੂੰ ਓਕੇ ਭਾਜੀ ਠੀਕ ਆ ਭਾਜੀ ਭਾਜੀ ਹੈਗੇ ਆ ਪੀ ਏ ਡਾਕਟਰ ਸਾਹਿਬ ਦੇ ਤੇਰੇ ਮੈਂ ਅਸੀਂ ਸੋਚਣ ਦੇ ਸੀ ਭਾਜੀ ਕੀ ਆ ਕੀ ਆ ਅਜੀ ਪੀ ਏ ਆ ਡਾਕਟਰ ਸਾਹਿਬ ਦੇ ਚਲੋ ਵਧੀਆ ਲੱਗਾ ਭਾਜੀ ਇਹ ਮਾਰੂੰਗਾ ਮੈਂ ਚੱਕਰ ਚਾਹ ਜਿਹੜਾ ਰਾਹ ਆ ਨਾ ਇਹ ਜਾਣਦਿਆ ਆ ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਫਤਿਹਗੜ੍ਹ ਚੂੜੀਆਂ ਨੂੰ ਮੈਂ ਜਾਣਦਿਆ ਹੁਣ ਨੰਬਰ ਪਲੇਟਾਂ ਵਾਲਾ ਕੰਮ ਨਿਬੜ ਗਿਆ ਆਪਣਾ ਓਕੇ ਰਿਪੋਰਟ ਹੋ ਗਈ ਹੁਣ ਹੁਣ ਗੱਡੀ ਜਿਹੜੇ ਮਰਜ਼ੀ ਮੁਲਕ ਲੈ ਕੇ ਜਾ ਸਕਦੇ ਆਪਾਂ ਅਤੇ ਇੱਥੇ ਮਾੜਾ ਜਿਹਾ ਕੰਮ ਸੀਗਾ ਮੈਨੂੰ ਤਾਂ ਮੈਂ ਆਇਆ ਹਾਂ ਇੱਧਰ ਸਿੰਗਲ ਰੋਡ ਆ ਬੜਾ ਵਧੀਆ ਲੱਗਾ ਉੱਦਾਂ ਮੈਨੂੰ ਕਿਉਂਕਿ ਇੱਥੇ ਨਾ ਜਿਹੜੇ ਥ੍ਰੀ ਵੀਲਰ ਵਾ ਜਾਂ ਇੱਦਾਂ ਦੀਆਂ ਕੋਈ ਹੋਰ ਵੀ ਕਈ ਚੀਜ਼ਾਂ ਸਾਰੇ ਪੰਜਾਬੀ 'ਚ ਲਾਉਂਦੇ ਇੱਥੇ ਇਹ ਗੱਲ ਮੈਂ ਨੋਟ ਕੀਤੀ ਆ ਜਲੰਧਰ ਹੋ ਗਿਆ ਆਪਣਾ ਲੁਧਿਆਣਾ ਹੋ ਗਿਆ ਉੱਧਰ ਜਿਹੜੇ ਪੰਜਾਬ ਤੋਂ ਬਾਹਰ ਲੈ ਕਹਿ ਲਓ ਪ੍ਰਵਾਸੀ ਕਹਿ ਲਓ ਹੈ ਨਾ ਉਹ ਹੀ ਆ ਜ਼ਿਆਦਾ ਅਤੇ ਇੱਥੇ ਅਜੇ ਬਚਾ ਹੀ ਆ ਇੱਥੇ ਜ਼ਿਆਦਾਤਰ ਪੰਜਾਬੀ ਆ ਹਰੇਕ ਕੰਮ ਕੋਈ ਵੀ ਆ ਨਾ ਮੈਂ ਵੇਖਣ ਦਿਆ ਆ ਤਾਂ ਵਧੀਆ ਲੱਗਾ ਲੈ ਵੀ ਆ ਵੀਰ ਮਿਲਿਆ ਆ ਬੁਲਟ 'ਤੇ ਜਾਣ ਦਿਆ ਆ ਕਹਿੰਦਾ ਮੇਰੇ ਡੈਡੀ ਨੂੰ ਮਿਲ ਕੇ ਜ਼ਰੂਰ ਜਾਇਓ ਇੱਥੇ ਸ਼ੌਪ ਆ ਇਹਨਾਂ ਦੀ
ਮੈਂ ਕਿਹਾ ਕੋਈ ਗੱਲ ਹੀ ਨਹੀਂ ਯਾਰ, ਮਿਲ ਕੇ ਜਾਵਾਂਗੇ ਜ਼ਰੂਰ। ਲੈ ਵੀ ਆਹ ਵੀਰ ਹੋਣਾ ਦੀ ਆ ਸ਼ੌਪ ਆ, ਅਤੇ ਵੀਰ ਹੋਣਾ ਨੇ ਕਾਫੀ ਪਾਈ, ਵਧੀਆ ਲੱਗਾ। ਇਹ ਵੀਰੇ ਮਿਲੂ ਮਿਲਾਂਗੇ, ਇਹ ਮਾਰੂੰਗਾ ਮੈਂ ਜ਼ਰੂਰ ਚੱਕਰ ਹੈ। ਤੁਸੀਂ ਆਏ ਜਲੰਧਰ ਅਤੇ ਵਾਪਸ ਮੈਂ ਜਾਣ ਦਿਆ ਹਾਂ ਨਾ ਇੱਧਰ ਨੂੰ, ਅੱਜ ਸੀਗਾ ਵੀ ਇੱਧਰ ਨੂੰ ਆਉਣਾ ਸੀ ਮੈਂ, ਤੇ ਇੱਧਰ ਬੰਦਿਆਂ ਨੂੰ ਮਿਲਣਾ ਸੀ, ਕਈਆਂ ਨੂੰ ਮਿਲਿਆ, ਤੇ ਨਾਲੇ ਪੀਤੀ ਕਾਫੀ, ਨਾਲੇ ਗੱਲਾਂ ਬਾਤਾਂ ਕੀਤੀਆਂ। ਉਹਨਾਂ ਨੇ ਦੱਸਿਆ ਭਾਜੀ ਤੁਸੀਂ ਗਲਤ ਬਹੁਤ ਆ ਗਏ ਹਾਂ, ਅਤੇ ਹੁਣ 10-15 ਕਿਲੋਮੀਟਰ ਫਿਰ ਪਿੱਛੇ ਨੂੰ ਮੈਂ ਜਾਣ ਦਿਆ, ਵਾਪਸ ਜਾਣ ਦਿਆ ਅੰਮ੍ਰਿਤਸਰ ਵੱਲ ਨੂੰ। ਅਜੇ ਤਾਂ ਮੈਂ ਜੇ ਉਹ ਨਾ ਪਿੱਛੇ ਮੁੰਡਾ ਆਉਂਦਾ ਹੁੰਦਾ ਨਾ ਵੀਡੀਓ ਵੇਖਦਾ ਹੁੰਦਾ, ਤਾਂ ਫਿਰ ਤਾਂ ਮੈਂ ਚੱਲ ਜਾਣਾ ਸੀ ਫਤਿਹਗੜ੍ਹ ਚੂੜੀਆਂ ਪਹੁੰਚ ਜਾਣਾ ਸੀਗਾ। ਚਲੋ ਜੋ ਹੁੰਦਾ ਵਧੀਆ ਹੀ ਹੁੰਦਾ ਆ, ਕੀ ਪਤਾ ਇਹਨਾਂ ਨੂੰ ਮੈਂ ਮਿਲਣਾ ਸੀ ਤਾਂ ਸ਼ਾਇਦ ਮੈਂ ਇੱਧਰ ਨੂੰ ਗਲਤ ਆ ਗਿਆ। ਬਾਕੀ ਹੋਰ ਬੜੇ ਜਾਣੇ ਮਿਲੇ ਅਤੇ ਵਧੀਆ ਲੱਗਾ। ਫਿਰ ਜਾਂਦੇ ਹੋ ਫਿਰ ਹੁਣ ਟਾਈਮ ਵੱਜ ਚੱਲੇ ਆ 6 ਕੁ ਵਜੇ ਤੱਕ ਪਹੁੰਚ ਜਾਣਾ ਮੈਂ ਫਿਰ ਉੱਥੇ ਟਿਕਾਣੇ 'ਤੇ ਜਿੱਥੇ ਮੈਂ ਚੱਲਿਆ। ਬੜਾ ਵਧੀਆ ਲੱਗਾ ਵੀਰੇ, ਦੋਵੇਂ ਵੀਰ NRI ਆ ਹੁਣ ਦੱਸਿਆ ਇਹਨਾਂ ਨੇ, ਤੇ ਵੀਰ ਨੇ ਰੋਕਿਆ ਹੈਗਾ ਤੇ ਭਰਾ ਵੀ ਨਾਲ ਵੇਖ ਕੇ ਭਰਾ ਵੀ ਰੋਕੇ, ਵਧੀਆ ਲੱਗਾ ਵੀਰੇ। ਮੇਰਾ ਭਰਾ 9000 ਦਾ ਫੈਨ ਆ, ਮੈਂ 7500 ਦਾ ਫੈਨ ਆ। ਬਾਪੂ ਨੇ ਮੈਨੂੰ ਬੁਲਟ ਗਿਫਟ ਕੀਤਾ ਸੀ, ਮੈਂ ਬਾਪੂ ਨੂੰ ਗੱਡੀ ਗਿਫਟ ਕੀਤੀ ਆ। ਚਲੋ ਉੱਥੋਂ ਆਪਾਂ ਗੱਡੀ ਪਏ, ਉਹ ਮੈਨੂੰ ਡਰਨ ਡਿਆ ਮੇਰਾ ਵੀਰ, ਕਹਿੰਦਾ ਹੌਲੀ ਚਲਾ, ਮੈਂ 97812 ਜਿੰਦਾਬਾਦ ਰਹੋ, ਠੀਕ ਆ ਜੀ। ਏਦਾਂ ਹੀ ਭਰਾਵਾਂ ਨਾਲ ਖੁਸ਼ੀਆਂ ਹੁੰਦੀਆਂ, ਭਰਾਵਾਂ ਨਾਲ ਜੈ ਹੁੰਦੀਆਂ, ਠੀਕ ਆ ਜੀ। ਬਹੁਤ ਤੁਹਾਡੇ ਤੇ ਮਾਣ ਹੈ, ਤੁਸੀਂ ਸਾਡੇ ਏਰੀਆ ਚ ਆਏ, ਮੈਂ ਵੇਖ ਕੇ ਗੱਡੀ ਵੇਖ ਕੇ ਮੈਂ ਪਿੱਛੇ ਗੱਡੀ ਭਜਾਲੀ। ਵਧੀਆ ਲੱਗਾ ਵੀਰੇ ਯਾਰ, ਵਧੀਆ ਲੱਗਾ। ਮੇਰਾ ਭਰਾ ਵੱਡਾ ਜਿਹਦੀ ਜਿਹਦੀ ਬਾਹਰ ਜਾਵੇ ਹੈ ਭਾਬੀ ਹੰਡੀ ਕੋਲ, ਸਿਰ ਤੇ ਜਾ ਬਾਈ, ਤੁਹਾਡੀਆਂ ਦੁਆਵਾਂ ਤੇ ਸਾਡੀ ਜੈ। ਓਕੇ ਫਿਰ ਵੀਰੇ, ਹਾਂ ਮਿਲਦੇ ਆ ਫਿਰ, ਹਾਂ ਓਕੇ। ਲੈ ਵੀ ਫਤਿਹਗੜ੍ਹ ਵਾਲਿਆਂ, ਫਤਿਹਗੜ੍ਹ ਚੂੜੀਆਂ ਵਾਲਿਆਂ ਨੇ ਨੇਰੀ ਲਿਆ ਦੀ, ਮਾੜੀ ਜਿਹੀ ਗੱਡੀ ਤੁਰਦੀ ਨਾਲ ਹੀ ਬ੍ਰੇਕ ਵੱਜ ਜਾਂਦੀ ਆ। ਅਸੀਂ ਤਾਂ ਜਲੰਧਰੋਂ ਬਾਹਰ ਹੀ ਨਹੀਂ ਨਿਕਲੀ ਦਾ, ਇੱਧਰ ਆਈ ਆਏ ਨਹੀਂ ਆ, ਇੱਧਰ ਆਈਏ ਤਾਂ ਫਿਰ ਪਤਾ ਲੱਗਦਾ ਵਾ ਵੀਡੀਓ ਕਿੰਨੇ ਭਰਾ ਦੇਖਦੇ ਆ। ਭੈਣਾਂ ਵੀ ਕਈ ਮਿਲੀਆਂ ਰਾਹ 'ਚ, ਕਮਾਲ ਹੋ ਗਈ ਆ ਯਾਰ ਵੀ, ਅੱਜ ਹਨੇਰਾ ਹੋਊਗਾ ਮੈਨੂੰ ਜਾਂਦੇ ਜਾਂਦੇ। ਲੈ ਥੋੜ੍ਹੀ ਜਿਹੀ ਗਾਂਹ ਹੋਰ ਆਏ, ਇੱਕ ਹੋਰ ਭਰਾ ਮਿਲਿਆ ਆਪਣਾ, ਜਾਣ ਆਪਣੀ ਇਹ ਵੀ ਵੀਡੀਓ ਵੇਖਦਾ ਹੁੰਦਾ ਭਰਾ, ਵਧੀਆ ਮਿਲਿਆ, ਹੱਸ ਕੇ ਮਿਲਿਆ, ਵਧੀਆ ਲੱਗਿਆ। ਲਵ ਯੂ ਭਰਾ, ਛਿਆਟਾ ਵੀਰੇ, ਹਾਂਜੀ ਵੀਰ ਹੈਗਾ ਛਿਆਟੇ ਦਾ। ਓਕੇ ਵੀਰੇ, ਤੁਹਾਨੂੰ ਤਾਂ ਲੱਗਦਾ ਹੁਣ ਫੋਨ ਮੈਨੂੰ ਇੱਦਾਂ ਹੀ ਕੱਢ ਕੇ ਰੱਖਣਾ ਪੈਣਾ, 2 ਮਿੰਟ ਹੀ ਗੱਡੀ ਚੱਲਦੀ ਹੈ ਬ੍ਰੇਕ ਵੱਜ ਜਾਂਦੀ ਆ, ਫੋਨ ਮੈਂ ਇੱਧਰ ਸਿੱਟਿਆ ਹੁੰਦਾ ਸੀਟ 'ਤੇ, ਅਤੇ ਉੱਦਾਂ ਮੈਂ ਇੱਥੇ ਭੈਣ ਕੋ ਵੀ ਜਾਣਾ ਸੀਗਾ, ਮੈਨੂੰ ਲੱਗਦਾ ਮੈਨੂੰ ਇੱਧਰ ਹੀ ਹਨੇਰਾ ਹੋ ਜਾਣਾ ਆ, ਉਹਨਾਂ ਨੂੰ ਵਿਚਾਰਿਆਂ ਨੂੰ ਰੇਂਜ ਰੋਵਰ ਵਿਖਾ ਕੇ ਆਉਣੀ, ਇੱਧਰ ਨੂੰ ਆ ਗਿਆ ਆ, ਉਹਨਾਂ ਨੇ ਵੀਡੀਓ ਵੇਖਣਾ ਕਹਿਣਾ, ਲੈ ਕੋਲੋਂ ਮੁੜ ਕੇ ਚਲ ਕੇ ਆਇਆ ਨਹੀਂ ਆ, ਭੈਣ ਨੇ ਰੁੱਸ ਜਾਣਾ ਆ, ਤਾਂ ਕਰਕੇ ਉੱਥੇ ਹੁਣ ਮੈਂ ਜਾਣਾ ਪੈਣਾ ਉਹਨੂੰ ਹੁਣ, ਅਤੇ ਉੱਧਰ ਜੇ ਇਕੱਲਾ ਚੱਲ ਗਿਆ ਸ਼ਾਇਦ ਜਨਾਬ ਆਪਣੇ ਜਨਾਬ ਹੁਣੇ ਰੁੱਸ ਜਾਣਾ, ਕਹਿਣਾ ਮੈਨੂੰ ਨਹੀਂ ਨਾਲ ਲੈ ਕੇ, ਕਹਿੰਦੇ ਇਕੱਲੇ ਹੀ ਚੱਲ ਗਿਆ। ਲੈ ਵੀ ਇੱਧਰ ਛੱਪੜ ਲੱਗਾ ਇੱਧਰ, ਤਾਂ ਫੋਨ ਕਰ ਹੀ ਲਈਏ ਪਰ ਰਾਹ ਹੀ ਇਹ ਆ, ਕੰਮ ਖਰਾਬ ਹੋ ਗਿਆ, ਫੋਨ ਕਰ ਲਈਏ ਗੱਡੀ ਦੇ ਹੁਣ ਕਹੀ ਆ ਲਿਬੜ, ਮੈਂ ਸਾਰੀ ਧੋ ਕੇ ਲਿਆ ਸੀਗਾ, ਮੈਂ ਕਿਹਾ ਇੱਥੇ ਤਾਂ ਛੱਪੜ ਲੱਗਾ, ਨਹੀਂ ਸਿੱਧੇ ਲੈ ਲੈ ਆਵਾਂ ਵਿੱਚੋਂ ਦੀ, ਮੈਂ ਅੱਧਾ ਆ ਗਿਆ, ਮੈਂ ਬੈਕ ਕਰਾਂ ਫਿਰ ਹੁਣ, ਮਾੜੀ ਨਹੀਂ ਮਾੜੀ ਜੀ ਵਾੜੀ ਆ ਗੇਟ ਦੇ ਕੋਲ ਹੀ, ਆਹ ਪਰਲੇ ਬੰਨੇ ਦੀ ਰਾਹ ਆਵਾਂ, ਜਿਹੜਾ ਪਰਲੇ ਬੰਨੇ ਵਾਲਾ ਆ ਵਿੱਚੋਂ ਦੇ ਪਿੰਡ ਦੀ ਜਿੱਥੇ ਉਹ ਮਿਠਾਈ ਦੀ ਦੁਕਾਨ ਪਤਾ ਜੇ, ਆਹੋ ਉੱਥੋਂ ਗੋਲ ਜਿਹਾ ਘੁੰਮ ਕੇ ਤੁਹਾਡੇ ਉਸੇ ਰਾਹ ਤੇ ਚੜ ਜਾਣਾ ਹਨਾ, ਮੈਂ ਉਹਨਾਂ ਰੁਕ ਜਾ ਨਾ ਵੀ, ਹੁਣ ਉੱਥੋਂ ਤਾਂ ਮੈਂ ਬੈਕ ਕਰ ਲਈ, ਹੁਣ ਦੂਜੇ ਰਾਹ ਤਾਂ ਨਹੀਂ ਜਾਂਦੇ, ਇੱਧਰ ਨੂੰ ਦੀ ਕੇ ਇੱਕ ਹੋਰ ਰਾਹ ਆ, ਮੈਂ ਸਵੇਰੇ ਸਾਰੀ ਧੋ ਕੇ ਲਿਆ ਅਤੇ
ਲਿਬੜਿੰਗ ਤਿਕੜਿੰਗ ਹੋ ਜਾਣਾ ਸੀ ਕੰਮ ਇੱਥੇ। ਲੈ ਬਈ ਪਹੁੰਚ ਗਏ, ਇਹ ਰਾਹ ਸਹੀ ਸੀ ਜਿੱਧਰ ਦੀ ਹੁਣ ਆਇਆ ਮੈਂ। ਲੈ ਬਈ ਚਾਹ ਪਾਣੀ ਪੀ ਲਿਆ ਆ ਅਤੇ ਦੋ ਬੰਦੇ ਨਾਲ ਲੈ ਚੱਲਿਆ ਮੈਂ ਜਲੰਧਰ ਨੂੰ, ਅਤੇ ਇੱਕ ਬੰਦਾ ਸਾਡਾ ਰਹਿ ਚੱਲਿਆ ਇਹ ਕੱਲ੍ਹ ਨੂੰ ਆਊਗਾ ਉੱਥੇ। ਓਕੇ ਫਿਰ ਬਾਏ ਬਾਏ ਟਾਟਾ, ਹੈਂ ਆ ਜੀ ਫਿਰ ਕੱਲ੍ਹ ਨੂੰ। ਠੀਕ ਹੈ ਜੀ, ਇੱਦਾਂ ਠੀਕ ਠਾਕ। ਓਕੇ ਲੈ ਬਈ ਬੜੀ ਗੱਡੀ ਖਿੱਚੀ ਅਤੇ ਜਲੰਧਰ ਪਹੁੰਚ ਗਏ, ਅਤੇ ਪ੍ਰਾਹੁਣੇ ਸਾਡੇ ਸੁੱਤੇ ਆਏ ਨਹੀਂ। ਲੈ ਬਈ ਜਨਾਬ ਉਹਨਾਂ ਨੂੰ ਦੇਣਾ ਆਪਾਂ ਸਰਪ੍ਰਾਈਜ਼, ਇਹਨਾਂ ਨੇ ਮੈਂ ਨਿਆਣਿਆਂ ਨੂੰ ਲੈ ਆਇਆ ਨਾਲ, ਤਾਂ ਘਰ ਨਹੀਂ ਦੱਸਿਆ ਉਹਨੂੰ ਸਰਪ੍ਰਾਈਜ਼ ਦਿੰਦੇ ਜਾ ਕੇ। ਉਹਨੇ ਕਿਹਾ ਵਾ ਵੀ ਬੰਦਾ ਨਾਲ ਕੋਈ ਗਗਨ, ਇਹ ਆ ਵੀ ਪਤਾ ਵੀ ਗਗਨ ਵਾ ਨਾਲ, ਮੈਂ ਕਿਹਾ 10 ਕੁ ਰੋਟੀਆਂ ਲਾ ਲਈ, ਇਹ ਨਹੀਂ ਦੱਸਿਆ ਵੀ ਨਿਆਣੇ ਆਏ ਆ ਨਾਲ। ਅੰਮ੍ਰਿਤਸਰੋਂ ਮੈਂ ਆ ਗਿਆ ਹੈਗਾ, ਹੁਣ ਆਪਾਂ ਗੱਲ ਕਰਦੇ ਹਾਂ ਪਿਛਲੀ ਵੀਡੀਓ ਦੀ ਜਿਹੜੀ ਆਪਾਂ ਬੰਦ ਕਰ ਦਿੱਤੀ ਆ, ਕਹਿ ਲਓ ਡਿਲੀਟ ਕਰਤੀ ਕਹਿ ਲਓ। ਅਤੇ ਜਦੋਂ ਮੈਂ ਡਿਲੀਟ ਕੀਤੀ ਫਿਰ ਮੈਨੂੰ ਇੰਸਟਾ 'ਤੇ ਮੈਸੇਜ ਆਏ, ਭਾਅ ਜੀ ਉਹ ਪਿਛਲੀ ਵੀਡੀਓ ਕਾਹਤੋਂ ਡਿਲੀਟ ਕਰਤੀ? ਉਹ ਤਾਂ ਡਿਲੀਟ ਕੀਤੀ ਆਪਾਂ, ਉਹਦੇ ਵਿੱਚ ਨਾ ਸੰਧੂ ਸਾਹਿਬ ਨੂੰ ਗਲਤ ਮੈਸੇਜ ਬੜੇ ਆਏ। ਹੁਣ ਸੰਧੂ ਸਾਹਿਬ ਦਾ ਤਾਂ ਕੋਈ ਕਸੂਰ ਨਹੀਂ ਆ, ਉਹਨਾਂ ਨੂੰ ਮੈਸੇਜ ਆਏ, ਮੈਂ ਤਾਂ ਪਾ ਕੇ ਸੌਂ ਗਿਆ ਸੀਗਾ 11 ਕੁ ਵਜੇ, ਅਤੇ ਉਹਨਾਂ ਨੇ ਰਾਤ ਨੂੰ ਵੀਡੀਓ ਦੇਖੀ, ਉਹਨਾਂ ਨੇ ਸਵੇਰੇ ਫੋਨ ਆਇਆ, ਕਹਿੰਦੇ ਯਾਰ ਗਲਤ ਬੜਾ ਬੋਲਣ ਦੇ ਲੋਕ। ਮੈਂ ਵੀ ਜਦੋਂ ਸਵੇਰੇ ਉੱਠ ਕੇ ਕਮੈਂਟ ਪੜ੍ਹੇ ਅਤੇ ਮੈਂ ਵੀ ਵੇਖੇ ਵਾਹਵਾ ਹੀ ਗਲਤ ਕਮੈਂਟ ਆਏ ਹੋਏ ਸੀਗੇ, ਅਤੇ ਇੱਕ ਕਲਿੱਪਾਂ ਵੀ ਮੈਨੂੰ ਕਈਆਂ ਨੇ ਕਿੰਨੀਆਂ ਨੇ ਭੇਜੀਆਂ ਛੋਟੀਆਂ ਛੋਟੀਆਂ ਕੱਟ ਕੇ ਨਾ ਕਿਸੇ ਦੀ ਵੀਡੀਓ ਤੋਂ ਉੱਤੇ ਇੰਸਟਾਗ੍ਰਾਮ ਦੇ ਉੱਤੇ। ਆਪਾਂ ਤਾਂ ਚਲੋ ਕੋਈ, ਮੈਂ ਨਹੀਂ ਕਿਸੇ ਨਾਲ ਵੀ ਕੋਈ ਇੱਦਾਂ ਦਾ ਕਰਦਾ ਹੁੰਦਾ, ਠੀਕ ਆ ਜੋ ਵੀ ਹੋਇਆ ਸਹੀ ਹੋਇਆ। 2.5 ਮਹੀਨੇ ਉੱਥੇ ਜੀਵ ਖੜੀ ਰਹੀ ਅਤੇ ਨਹੀਂ ਬਣੀ, ਆਪਾਂ ਚੱਕ ਲਿਆਏ ਆ ਕੇ ਇੱਥੇ ਇੱਥੇ ਹੁਣ ਦੇ ਦੇਣੀ ਆ ਕਿਸੇ ਨੂੰ, ਹੋਰ ਕਿਤੇ ਕਰਾ ਲੈਣੀ ਆ। ਅਤੇ ਪਰ ਉਹ 'ਚ ਸੰਧੂ ਸਾਹਿਬ ਦਾ ਕਸੂਰ ਨਹੀਂ ਆ, ਕਿਉਂਕਿ ਉਹ ਤਾਂ ਬਾਹਰੋਂ ਆਏ ਸੀਗੇ, ਉਹਨਾਂ ਨੇ ਹੋਰ ਮਹੀਨਾ ਰਹਿਣਾ, 10-15 ਦਿਨ ਰਹਿਣਾ ਆ, ਉਹਨਾਂ ਨੇ ਤਾਂ ਫਿਰ ਚੱਲ ਜਾਣਾ ਆ। ਉਹ ਆਪਣਾ ਭਰਾ ਆ ਅਤੇ ਭਰਾ ਭਰਾ ਰਹਿਣਾ ਆ, ਉਹਨੂੰ ਨਾ ਮਾੜਾ ਚੰਗਾ ਕਹੋ, ਉਹਦਾ ਕਸੂਰ ਨਹੀਂ ਆ ਕੋਈ, ਉਹਦਾ ਬੰਦਾ ਹੀ ਬੜਾ ਵਧੀਆ ਹੈ ਯਾਰ, ਦਿਲ ਲਾਈ ਰੱਖਦਾ ਸਾਰਿਆਂ ਦਾ। ਮੈਂ ਹੋਲਾ ਮਹੱਲਾ ਸਮਝ ਕੇ ਬੈਠਾ ਸੀ 17 ਤਰੀਕ ਦਾ, ਅਤੇ ਗਗਨ ਨਾਲ ਅੱਜ ਮੇਰੀ ਗੱਲ ਹੋਈ, ਉਹ ਕਹਿੰਦਾ 7 ਤਰੀਕ ਦਾ ਹੋਲਾ ਮਹੱਲਾ ਆ। ਫਿਰ ਮੈਂ ਜਦੋਂ ਕੈਲੰਡਰ ਕੱਢ ਕੇ ਦੇਖਿਆ ਫੋਨ 'ਤੇ, ਉਹ ਵਾਕਈ 7 ਤਰੀਕ ਦਾ। ਫਿਰ ਮੈਂ ਕਿਹਾ ਚਲ 30 ਦਾ ਮਹੀਨਾ ਹੋਣਾ, ਮੈਨੂੰ ਇਹ ਵੀ ਦਿਮਾਗ 'ਚੋਂ ਨਿਕਲ ਗਿਆ ਵੀ ਇਹ ਜਨਵਰੀ ਆ, 28 ਦਾ ਮਹੀਨਾ ਹੁੰਦਾ ਆ। ਉਹ 2-3 ਦਿਨ ਹੋਰ ਕੱਢ ਕੇ ਆਪਣੇ ਦਿਨ ਆਪਣੇ ਕੋਲ ਰਹਿ ਗਏ ਆ ਹੁਣ ਪੂਰੇ 6 ਬਸ ਜਾਂ 7, ਅਤੇ 19 ਦਿਨਾਂ ਦੇ ਵਿੱਚ ਆਪਾਂ ਜੀਪ ਕਰਵਾਉਣੀ ਆ ਸਾਰੀ ਰੈਡੀ। ਅਤੇ ਬਾਕੀ ਹੁਣ ਗਾਂਹ ਵਾਲੀਆਂ ਵੀਡੀਓ ਦੇ ਵਿੱਚ ਕੋਈ ਨਾ ਕਮੈਂਟ ਕਰਿਓ, ਆਪਣਾ ਸੁੱਖ ਸੰਧੂ ਸਾਹਿਬ ਭਰਾ ਆ, ਆਪਣਾ ਤਾਂ ਭਰਾ ਨੇ ਰਹਿਣਾ ਆ। ਅਤੇ ਬਾਕੀ ਕਈ ਗੱਲਾਂ ਮੈਨੂੰ ਵੀ ਪਤਾ ਲੱਗੀਆਂ ਵੀ ਮੈਂ ਉਹਨਾਂ ਦੇ, ਕਈਆਂ ਨੇ ਪਤਾ ਨਹੀਂ ਉੱਥੋਂ ਦਿਆਂ ਨੇ ਕਮੈਂਟ ਕੀਤੇ, ਕਿੰਨਾ ਨੇ ਕਮੈਂਟ ਕੀਤੇ ਸੀ ਵੀਡੀਓ ਦੇ ਥੱਲੇ ਵੀ ਮੈਂ ਸ਼ਾਇਦ ਉਹਨਾਂ ਦੀ ਫਰੀ ਦੇ ਵਿੱਚ, ਮੈਂ ਸ਼ਾਇਦ ਨਾ ਉਹਨਾਂ ਦੀ ਵੀਡੀਓ ਪਾ ਕੇ ਉਹਨਾਂ ਕੋਲੋਂ ਫਰੀ ਦੇ ਵਿੱਚ ਵੀਹ ਦੇ ਵਿੱਚ ਜੀਪ ਤਿਆਰ ਕਰਾਉਣੀ ਚਾਹੁੰਦਾ ਹਾਂ। ਅਤੇ ਪਤਾ ਨਹੀਂ ਹੁਣ ਇਹ ਗੱਲਾਂ ਨਿਕਲੀਆਂ ਹੀ ਆ ਤਾਂ ਹੀ ਮੇਰੇ ਤੱਕ ਪਹੁੰਚੀਆਂ ਆ, ਇਹ ਤਾਂ ਮੈਨੂੰ ਬਾਅਦ 'ਚ ਪਤਾ ਲੱਗਾ। ਮੈਂ ਤਾਂ ਉਹਨਾਂ ਨੂੰ ਕਹਿੰਦਾ ਵੀ ਰਹਿੰਦਾ ਸੀਗਾ ਜਦੋਂ ਵੀ ਜਾਂਦਾ ਸੀ, ਭਾਅ ਜੀ ਕਿੰਨੇ ਪੈਸੇ ਬਣੇ, ਹੁਣ ਵੀ ਮੈਂ ਬਣੇ ਸੀਗੇ ਜਿੰਨੇ ਦੇ ਦਿੱਤੇ ਉਹਨਾਂ ਨੂੰ, ਵਾਰ ਮੈਂ ਕਹਿੰਦਾ ਰਿਹਾ ਭਾਅ ਜੀ ਦੱਸੋ ਮੈਨੂੰ ਪੈਸੇ ਕਿੰਨੇ ਬਣੇ ਆ। ਅਤੇ ਪਤਾ ਨਹੀਂ ਹੁਣ ਕੀ ਸੀ ਗੱਲਾਂ ਅਤੇ ਕੀ ਨਹੀਂ ਸੀਗੀਆਂ, ਮੇਨ ਗੱਲ ਦਾ ਤਾਂ ਆਪਾਂ ਨੂੰ ਪਤਾ ਨਹੀਂ ਆ। ਆਪਾਂ ਤਾਂ ਚੁੱਪ ਕਰਕੇ ਗਏ ਅਤੇ ਆਪਣੀ ਜੀਪ ਘਰ ਲੈ ਕੇ ਆ ਗਏ, ਆਪਾਂ ਕਿਸੇ ਨੂੰ ਕੁਛ ਨਹੀਂ ਕਿਹਾ, ਮਾੜਾ ਨਾ ਚੰਗਾ, ਬਸ ਘਰ ਲਿਆ ਕੇ ਖੜੀ ਕਰਤੀ। ਬਾਕੀ ਸੰਧੂ ਸਾਹਿਬ ਦਾ ਸਾਰਾ ਵਿੱਚ ਨਾਮ ਲਾਉਣ ਦੇ, ਸੰਧੂ ਸਾਹਿਬ ਨੇ ਇੱਦਾਂ ਕੀਤੀ ਆ, ਉਹਨਾਂ ਦਾ ਕੋਈ ਕਸੂਰ ਨਹੀਂ ਆ। ਉਹ ਤਾਂ ਬਸ ਉਹਨਾਂ ਨੂੰ ਸ਼ੌਂਕ ਆ ਵੀਡੀਓ ਆਪਣਾ ਮੋਡੀਫਿਕੇਸ਼ਨ ਦਾ, ਉੱਥੇ ਜਾਈਦਾ ਸੀਗਾ, ਉਹਨਾਂ ਨੂੰ ਭਾਅ ਜੀ ਨੂੰ ਵੀ ਪੁੱਛੀਦਾ ਸੀਗਾ ਵੀ ਭਾਅ ਜੀ ਯਾਰ ਸਮਾਨ ਕੀ ਲਿਆਉਣ ਵਾਲਾ ਆ। ਇੱਦਾਂ ਹੀ ਉੱਥੇ ਸੰਧੂ ਸਾਹਿਬ ਨਾਲ ਸਖੇੜ ਲਈਦਾ ਸੀਗਾ, ਘਰ ਆ ਜਾਈਦਾ ਸੀਗਾ। ਪਤਾ ਨਹੀਂ ਲੱਗਾ ਕੀ ਹੋਇਆ ਅਤੇ ਕੀ ਨਹੀਂ ਹੋਇਆ, ਟਾਈਮ ਜ਼ਿਆਦਾ ਹੋਣ ਕਰਕੇ ਆਪਾਂ ਗੱਡੀ ਉੱਥੇ ਚੱਕ ਲਿਆਏ ਹਾਂ। ਉਹਨਾਂ ਨੂੰ ਮਿਲਦੇ ਰਹਾਂਗੇ, ਮਿਲਦੇ ਹਾਂ, ਹੁਣ ਤਾਂ ਮੈਂ ਕੱਲ੍ਹ ਨੂੰ ਵੀ ਜਾਣਾ ਆ ਉਹਨਾਂ ਨੂੰ ਮਿਲਣ, ਅਤੇ ਸੰਧੂ ਸਾਹਿਬ ਨਾਲ ਤਾਂ ਆਪਣਾ ਕੋਈ ਚੱਕਰ ਮੈਂਟ ਹੀ ਨਹੀਂ ਹੈਗਾ, ਅਤੇ ਕੱਲ੍ਹ ਨੂੰ ਮਿਲਦੇ ਹਾਂ। ਹੁਣ ਆਪਾਂ ਨੰਬਰ ਪਲੇਟਾਂ ਆਪਣੀ ਗੱਡੀ 'ਤੇ ਲੱਗ ਗਈਆਂ ਆ, 6-7 ਤਰੀਕ ਤੱਕ ਜੀਪ ਰੈਡੀ ਹੁੰਦੀ ਹੈ ਕਿ ਨਹੀਂ, ਜੇ ਨਾ ਹੋਈ ਫਿਰ ਸਾਡਾ ਇਰਾਦਾ ਬਣਦਾ ਫਿਰਦਾ ਸ਼ਾਇਦ ਅਸੀਂ ਸਾਈਕਲਾਂ 'ਤੇ ਚੱਲ ਜਾਈਏ। ਗਗਨ ਨਾ ਹੁੰਦੇ ਸੀ ਮੇਰੀ ਗੱਲ ਅੱਗੇ, ਮੈਂ ਕਿਹਾ ਜੇ ਨਾ ਤਿਆਰ ਹੋਈ ਤਾਂ ਆਪਾਂ ਸਾਈਕਲਾਂ 'ਤੇ ਚੱਲ ਜਾਵਾਂਗੇ, ਜਿੱਦਾਂ ਦਰਬਾਰ ਸਾਹਿਬ ਸਾਈਕਲਾਂ 'ਤੇ ਗਏ ਸੀਗੇ, ਫਿਰ ਅਨੰਦਪੁਰ ਸਾਹਿਬ ਵੀ ਸਾਈਕਲਾਂ 'ਤੇ ਚੱਲ ਜਾਵਾਂਗੇ। ਅਤੇ ਮਿਲਦੇ ਹਾਂ ਕੱਲ੍ਹ ਨੂੰ ਹੁਣ, ਓਕੇ ਫਿਰ।
ਬਾਏ ਬਾਏ। ਇਹ ਸੀਗਾ ਮੇਨ ਕਾਰਨ ਵੀਡੀਓ ਪਿਛਲੀ ਜਿਹੜੀ ਡਿਲੀਟ ਕਰਨ ਦਾ। ਸੰਧੂ ਸਾਹਿਬ ਨੂੰ ਮਾੜਾ ਨਾ ਕਹੋ, ਉਹ ਆਪਣੀ ਜਾਣ ਆ, ਤਾਂ ਕਰਕੇ ਵੀਡੀਓ ਮੈਂ ਡਿਲੀਟ ਕੀਤੀ ਇਸ ਤੋਂ ਪਹਿਲੇ ਵਾਲੀ ਵੀਡੀਓ।